ਅੱਜ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਪੂਰੀ ਦੁਨੀਆ ਕਿਸ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ ਅਤੇ ਹਰ ਦੇਸ਼ ਆਪਣੇ ਆਪ ਨੂੰ ਬਚਾਉਣ ਵਿੱਚ ਲੱਗਿਆ ਪਿਆ। ਸੋ ਕੁਝ ਕੰਮ ਦੀਆਂ ਗੱਲਾਂ ਅੱਜ ਤੁਹਾਡੇ ਰੂਬਰੂ ਕਰਨ ਜਾ ਰਿਹਾ। ਸੋ ਇਨਸਾਨੀਅਤ ਦੇ ਨਾਤੇ ਅਗਰ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਆਪਾਂ ਵੀ ਆਪਣੇ ਭੈਣ ਭਰਾਵਾਂ ਨੂੰ ਜਾਗਰੂਕ ਕਰ ਸਕੀਏ। ਲੌਕਡਾਊਨ ਅਜੇ ਲੰਬਾ ਚੱਲਣਾ, ਅਜੇ ਸਾਥੀਓ ਸਮਾਂ ਆਪਣੇ ਵੱਲ ਦਾ ਨਹੀਂ। ਜੰਗ ਇਹ ਵੀ ਆਪਾਂ ਜਿੱਤ ਲੈਣੀ, ਪਰ ਅਜੇ ਭਰੋਸਾ ਪਲਦਾ ਨਹੀਂ। ਕੁਝ ਕੰਮ ਦੀਆਂ ਗੱਲਾਂ, ਲੜ ਬਣ ਲੋ ਦੋਸਤੋ, ਜਦੋਂ ਤੱਕ ਭਿਆਨਕ ਸਮਾਂ ਟਲਦਾ ਨਹੀਂ। ਕੁਝ ਕੰਮ ਦੀਆਂ ਗੱਲਾਂ, ਲੜ ਬਣ ਲੋ ਦੋਸਤੋ, ਜਦੋਂ ਤੱਕ ਭਿਆਨਕ ਸਮਾਂ ਟਲਦਾ ਹੀ ਨਹੀਂ। ਉਹ ਮੇਰੇ ਦੇਸ਼ ਵਾਸੀਓ, ਦੁਨੀਆ ਵਾਲਿਓ, ਉਹ ਮੇਰੇ ਪੰਜਾਬ ਵਾਸੀਓ। ਸਾਥੀਓ ਜ਼ਰਾ ਸੋਚੋ ਉਹਨਾਂ ਪੁਲਿਸ ਮੁਲਾਜ਼ਮਾਂ ਬਾਰੇ, ਉਹਨਾਂ ਡਾਕਟਰਾਂ ਬਾਰੇ, ਉਹਨਾਂ ਸਿਹਤ ਕਰਮਚਾਰੀਆਂ ਬਾਰੇ, ਉਹਨਾਂ ਸਫਾਈ ਕਰਮਚਾਰੀਆਂ ਬਾਰੇ, ਜਾਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਬਾਰੇ ਜਿਨ੍ਹਾਂ ਨੇ ਇਸ ਆਫਤ ਨੂੰ ਟਾਲਣ ਦੇ ਲਈ, ਖਤਮ ਕਰਨ ਦੇ ਲਈ ਦਿਨ ਰਾਤ ਇੱਕ ਕਰ ਰੱਖਿਆ ਅਤੇ ਆਪਣੇ ਘਰ ਪਰਿਵਾਰ ਤੋਂ ਦੂਰ ਰਹਿ ਰਹੇ ਨੇ। ਸੋ ਉਹਨਾਂ ਦੀ ਇਸ ਕੁਰਬਾਨੀ ਨੂੰ ਜਾਇਆ ਨਹੀਂ ਜਾਣ ਦੇਵਾਂਗੇ ਅਤੇ ਉਹਨਾਂ ਦੀ ਹੌਸਲਾ ਅਫਜਾਈ ਦੇ ਨਾਲ ਨਾਲ ਉਹਨਾਂ ਦਾ ਸਾਥ ਵੀ ਜ਼ਰੂਰ ਦੇਵਾਂਗੇ। ਸੋਸ਼ਲ ਡਿਸਟੈਂਸ ਜ਼ਰੂਰੀ, ਨਾ ਕਾਨੂੰਨ ਭੰਗ ਕਰੋ, ਫਜ਼ੂਲ ਖਰਚੀ ਛੱਡ ਦੋ, ਵੇਸਟ ਕਰਨਾ ਖਾਣਾ ਬੰਦ ਕਰੋ। ਬੱਚਿਆਂ ਨੂੰ ਵੀ ਸਮਝਾਓ ਤੇ ਉਹਨਾਂ ਦਾ ਹੌਸਲਾ ਵਧਾਓ, ਬੱਚਿਆਂ ਨੂੰ ਵੀ ਕਹਿਣਾ ਸਮਝੋ, ਮਾਪਿਆਂ ਨੂੰ ਐਵੇਂ ਨਾ ਤੰਗ ਕਰੋ। ਅੱਜ ਸਬਰ ਸੰਤੋਖ ਤੋਂ ਕੰਮ ਲੈਣਾ, ਜਦੋਂ ਤੱਕ ਵੈਰੀ ਆਪਣੀ ਜਗ੍ਹਾ ਤੋਂ ਹੱਲਦਾ ਨਹੀਂ। ਕੁਝ ਕੰਮ ਦੀਆਂ ਗੱਲਾਂ, ਲੜ ਬਣ ਲੋ ਦੋਸਤੋ, ਜਦੋਂ ਤੱਕ ਭਿਆਨਕ ਸਮਾਂ ਟਲਦਾ ਹੀ ਨਹੀਂ। ਫਸਟ ਏਡ ਕਰ ਵਿੱਚ ਤੇ ਰੱਖੋ ਲੋੜੀਂਦੀਆਂ ਦਵਾਈਆਂ, ਲੋੜੀ ਦਾ ਰਾਸਣ ਪੂਰਾ ਤੇ ਰੱਖੋ ਖੂਬ ਸਫਾਈਆਂ। ਫਸਟ ਫੂਡ ਨੂੰ ਜਮਾ ਘਟਾ ਕੇ ਇਮਿਊਨਿਟੀ ਪਾਵਰ ਵਧਾ ਕੇ, ਕਰਿਓ ਨਾ ਕੋਈ ਅਣਗਹਿਲੀ, ਨਾ ਕਰਿਓ ਬੇਪਰਵਾਹੀਆਂ। ਪੀ ਕੇ ਸਿੰਘ ਕਹਿ ਲੋੜਵੰਦ ਦੀ ਵੀ ਜਿੰਨੀ ਹੋ ਸਕੇ ਹੈਲਪ ਕਰੀ, ਜਦੋਂ ਤੱਕ ਦੁਨੀਆ ਦਾ ਸੰਕਟ ਰਾਹ ਬਦਲਦਾ ਨਹੀਂ। ਕੁਝ ਕੰਮ ਦੀਆਂ ਗੱਲਾਂ, ਲੜ ਬਣ ਲੋ ਦੋਸਤੋ, ਜਦੋਂ ਤੱਕ ਭਿਆਨਕ ਸਮਾਂ ਟਲਦਾ ਹੀ ਨਹੀਂ। ਉਹ ਮੇਰੇ ਦੇਸ਼ ਵਾਸੀਓ, ਦੁਨੀਆ ਵਾਲਿਓ, ਉਹ ਮੇਰੇ ਪੰਜਾਬ ਵਾਸੀਓ।